ਉੱਤੇ ਚੜ ਕੇ ਬਹਿ ਗਏ ਵੀ ਜੇ ਤੈਨੂੰ ਖਾਣ ਲੱਗੀਆਂ ਨੇ ਕੁਛ ਨਹੀਂ ਕਰਨੀਆਂ ਨੇ ਇਹ ਲੱਭ ਕੇ ਕਿੱਥੋਂ ਲਿਆਂਦਾ ਜੀ ਇਹ ਉਸਤਾ ਜੀ ਮਾਣਕ ਦੀ ਬਸਤੀ ਮਾਣਕ ਦੀ ਬਸਤੀ ਹੈ ਅਤੇ ਉੱਥੇ ਹੈ ਦਰਬਾਰ ਇੱਕ ਤਾਂ ਆਲਮ ਲੱਗਿਆ ਹੋਇਆ ਜਿੱਥੇ ਉੱਥੇ ਨਹੀਂ ਉਸ ਤੋਂ ਉਰੋਂ ਉੱਥੇ ਉਰਲੀ ਸਾਈਡ 'ਤੇ ਖੂਹ ਉਹ ਖੂਹ ਦੇ ਉੱਤੇ ਬੈਠਾ यार तो छोटा माखी तेन जितों भी लभे ना तो वह लैके आ हर सूरत ਭਾਜੀ ਇਸ ਦਾ ਜ਼ਾਇਕਾ ਜੇ ਜਿੰਨੇ ਦਿਨ ਮੈਂ ਤੈਨੂੰ ਕਿਹਾ ਨਾ ਉਹਨਾਂ ਦਿਨਾਂ ਨੂੰ ਬਾਹਰ ਰੱਖ ਲੇਗਾ ਇਹ ਬਹਿਗਾ ਨਹੀਂ ਠੀਕ ਹੈ ਸਹੀ ਆ ਇਸ ਦਾ ਜ਼ਾਇਕਾ ਇਸ ਕੋਲ ਖਰਾਬ ਤੈਨੂੰ ਉਹ ਨਹੀਂ ਜ਼ਾਇਕਾ ਇਸ ਦਾ ਸਹੀ ਹੁੰਦਾ ਮਗਰ ਇਹ ਖਰਾਬ ਛੋਟੀ ਮੱਖੀ ਫਿਰਦੀ ਰਹਿੰਦੀ ਔਰਤ ਦੇ ਬਾਹਰ ਕੋਈ ਫਿਰ ਨਹੀਂ ਸਕਦਾ ਰੋਂਦਾ ਸਹੀ ਹੋਰ ਇਹ ਅੱਲਾ ਮਾਫੀ ਕਰੇ ਇਹ ਹਿਕਮਤ ਵਾਲੇ ਬੰਦੇ ਨੂੰ ਤਾਂ ਪਤਾ ਜਿੰਨੇ ਮੰਗਾਂ ਉਹਨੇ ਲਿਆਏਗਾ ਸਹੀ ਸਿਰਫ ਆਪਾਂ ਜਿਹੜਾ ਨਾ ਆਪਾਂ ਕਹਿ ਦਿੰਦੇ ਨਹੀਂ ਯਾਰ ਇਹ ਸਹੀ ਨਹੀਂ ਹੈ ਖਰਾਬ ਹੋ ਜਾਏਗਾ ਇਹ ਹੋ ਜਾਏਗਾ ਉਹ ਹੋ ਜਾਏਗਾ ਮਗਰ ਖਰਾਬ ਇਸ ਤਰ੍ਹਾਂ ਹੁੰਦਾ ਹੈ ਜਿਸ ਤਰੀਕੇ ਤੁਹਾਨੂੰ ਮੈਂ ਆਖਿਆ ਕਿ ਜਿਹੜੀ ਬੋਤਲ ਦੇ ਵਿੱਚ ਤੁਸੀਂ ਪਾਉਣਾ ਉਹਨੂੰ ਧੁੱਪੇ ਰੱਖ ਦੇਣਾ ਠੀਕ ਹੋ ਗਿਆ ਸ਼ਾਮ ਦੇ ਟਾਈਮ ਦੋ ਤਿੰਨ ਦਫ਼ਾ ਉਹਨੇ ਹਿਫਾਜ਼ਤ ਕਰਨੀ ਹੈ ਦੋ ਚਾਰ ਦਿਨ ਜੀ ਫਿਰ ਜਿਵੇਂ ਕੁਛ ਰੱਜ ਨਹੀਂ ਫਿਰ ਇਸ ਤਰੀਕੇ ਰੱਜ ਜਾਏਗਾ ਸਹੀ ਹੋ ਗਿਆ ਹਾਂਜੀ ਬਸ ਤੇਰੀ ਕਿਸਮਤ ਨਹੀਂ ਰਸੀ ਨਾ ਚੌਕ ਨਾਲ ਮੈਂ ਗੱਲ ਕਰਕੇ ਆਇਆ ਸੀ ਹਿਕਮਤ ਵਾਲੇ ਨਾਲ ਉਹ ਕਹਿੰਦਾ ਸੀ ਯਾਰ ਮਿਹਰਬਾਨੀ ਕਰ ਯਾਰ ਕਹਿੰਦਾ ਮੈਂ ਲਾਹੌਰ ਦਵਾਈ ਦੇਣੀ ਹੈ ਦਹੀਂ ਮੈਨੂੰ ਮੈਂ ਕਿਹਾ ਅੱਛਾ ਮੈਂ ਕਿਹਾ ਅੱਛਾ ਬਾਈ ਤੈਨੂੰ ਲਾਉਂ ਅਤੇ ਮੈਂ ਦੁਕਾਨ ਮੇਰੇ ਕੋਲ ਸਿਗਰਟ ਕੋਈ ਨਹੀਂ ਸੀ ਮੈਂ ਤਾਂ ਕਰਕੇ ਤਾਂ ਮੁੜ ਆਇਆ ਨਹੀਂ ਤਾਂ ਮੈਂ ਉਹ ਨਹੀਂ ਉਹ ਮੈਂ ਨਿਕਲਣਾ ਸੀ ਸਿੱਧੀ ਗੱਲ ਦਿੰਦਾ ਸਰ ਤੂੰ ਵੀ 18 ਦੇ ਵਿੱਚ ਮੈਂ ਦੇਣ ਜਾਂਦਾ ਸੀ ਨਾ ਉਹਨਾਂ ਦੇ ਅਤੇ ਉਹ ਭਾਈ ਵੀ ਪਤਾ ਨਹੀਂ ਕਿੱਥੋਂ ਆਇਆ ਹੋਇਆ ਸੀ ਉਹ ਵੀ ਭਾਈ ਜਿਹੜਾ ਨਾ ਮੈਨੂੰ ਕਹਿੰਦਾ ਤੂੰ ਹੱਥ ਦਿਖਾ ਤੂੰ ਹੱਥਾਂ ਦਾ ਵੀ ਦਿਖਾ ਮੈਂ ਕੀ ਦਿਖਾਵਾਂ ਤੈਨੂੰ ਹੱਥਾਂ ਦਾ ਕਹਿੰਦਾ ਯਾਰ ਤੂੰ ਜਿਵੇਂ ਨਪੀੜ ਦਾ ਉਹ ਕਰਦਾ ਨਾ ਉਵੇਂ ਮੈਨੂੰ ਦਿਖਾ ਮੈਂ ਕੀ ਤੈਨੂੰ ਦਿਖਾਵਾਂ ਮੈਂ ਕਿਹਾ ਆਵੇ ਇੱਦਾਂ ਮੈਂ ਨਪੀੜੀ ਜਾਣਾ ਬਸ ਕਹਿੰਦਾ ਇਹ ਤਾਂ ਗੱਲ ਦਿੰਦਾ ਨਾ ਹੋਈ ਯਾਰ ਕਹਿੰਦਾ ਦਿਖਾ ਯਾਰ ਮੈਂ ਕਿਹਾ ਚੱਲ ਦੇਖੀ ਜਾ ਬਾਈ ਦੈਨੂੰ ਹੁਣ ਕੀ ਕਰਨਾ ਹੈ ਬੋਤਲ 'ਚ ਪਾ ਕੇ ਉਹਨੂੰ ਧੁੱਪ 'ਚ ਰੱਖ ਦੇਣਾ ਰਾਤ ਨੂੰ ਅੰਦਰ ਹਾਂਜੀ ਅਤੇ ਬਾਹਰ ਧੁੱਪ 'ਚ ਹਾਂ ਧੁੱਪ ਦੇ ਵਿੱਚ ਸਹੀ ਕਿਉਂਕਿ ਭਾਅ ਜੀ ਫਿਰ ਖਰਾਬ ਨਹੀਂ ਹੋਏਗਾ ਅੱਛਾ ਨਹੀਂ ਤਾਂ ਇਸ ਤਰ੍ਹਾਂ ਬਹਿ ਜਾਏਗਾ ਜਿਵੇਂ ਆਪਾਂ ਗੁੜ ਨਹੀਂ ਉਹ ਕਰਦੇ ਖੰਡ ਜਿਹੀ ਹੋ ਜਾਂਦੀ ਹਾਂ ਖੰਡ ਜਿਹੀ ਇਹ ਖੰਡ ਜਿਹੀ ਹੋ ਜਾਵੇ ਨਾ ਉਹ ਆਪਣੀ ਗਲਤੀ ਇਸ ਤਰ੍ਹਾਂ ਇਸ ਤਰੀਕੇ ਹੁੰਦੇ ਆਪਾਂ ਇਸ ਦਾ ਗੈਸ ਨਹੀਂ ਨਿਕਲ ਦਿੰਦੇ ਬੋਤਲ ਉੱਤੋਂ ਖੁੱਲ੍ਹੀ ਰੱਖਣੀ ਹੈ ਨਾ ਨਾ ਉੱਤੋਂ ਟੱਕ ਕੇ ਰੱਖਣੀ ਜਿਵੇਂ ਯਾਰ ਬੰਦ ਰੱਖਣੀ ਹੈ ਬੋਤਲ ਉਹ ਅੱਲਾ ਦੇ ਬੰਦੇ ਖੁੱਲ੍ਹੀ ਰੱਖੇਗਾ ਤਾਂ ਛੋਟੀ ਮੱਖੀ ਤਾਂ ਤੈਨੂੰ ਜੀਣ ਨਾ ਦੇਗੀ ਕਰ ਲਓ ਉਹ ਤਾਂ ਰਾਤ ਨੂੰ ਵੱਡੀ ਵੀ ਆ ਜਾਏਗੀ ਅੱਲਾ ਦੇ ਬੰਦੇ ਅੱਛਾ ਹਾਂਜੀ ਕੋਈ ਐਸੀ ਵੈਸੀ ਸ਼ਾਇ ਹੈਗੀ ਵੀ ਜਿਹੜੀ ਆਪਾਂ ਇਹ ਭੱਜ ਕੇ ਇੱਕ ਅੱਧੀ ਨਹੀਂ ਫੜ ਲਾਂਗੇ ਜਾਂ ਉਹਨੂੰ ਆਉਣ ਨਹੀਂ ਦੇਵਾਂਗੇ ਜਾਂ ਭਾਈ ਉਹਨੂੰ ਆਉਣ ਨਹੀਂ ਦੇਵਾਂਗੇ ਐਸੀ ਸ਼ਾਇ ਤਾਂ ਨਹੀਂ ਹੈਗੀ ਤੂੰ ਚਲੋ ਮੈਂ ਆਉਂਦਾ ਪਿਆ ਅੱਛਾ ਵੀ ਉੱਥੋਂ ਵਾਲਾ ਕੰਮ ਵਡੇਰਾ ਸੰਭਾਲਦਾ ਆਹੋ ਅੱਗੇ ਯਾਰ ਉਹ ਲੈਂਦਾ ਸੀ ਮੇਰੇ ਕੋਲੋਂ ਮੈਂ ਦੂਸਰਾ ਤੀਸਰਾ ਸਾਲ ਆ ਮੈਂ ਨਹੀਂ ਬੁਲਵਾਇਆ ਅੱਗੇ ਨਹੀਂ ਤਾਂ ਉਹ ਪੰਜ ਸੱਤ ਬੋਤਲਾਂ ਜਦੋਂ ਹੋਣ ਨਾ ਮੇਰੇ ਕੋਲ ਜ਼ਿਆਦਾ ਸ਼ਹਿਦ ਹੋਵੇ ਤੂੰ ਛੋਟੀ ਮੱਖੀ ਵਾਲਾ ਸ਼ਹਿਦ ਤੂੰ ਦੇ ਕੇ ਜਾਣਾ ਮੈਨੂੰ ਹਰ ਸੂਰਤ ਹੁਣ ਛੋਟੀ ਮੱਖੀ ਮੱਖੀ ਵਾਲਾ ਹੁਣ ਲੱਭੇਗਾ ਬਾਈ ਅਗਲੇ ਮਹੀਨੇ ਲੱਭੇਗਾ ਹੁਣ ਨਹੀਂ ਲੱਭਦਾ ਜੀ ਕਹਿੰਦਾ ਕੋਰੇ ਦੀ ਵਜ੍ਹਾ ਤੋਂ ਨਹੀਂ ਕੋਰੇ ਦੀ ਵਜ੍ਹਾ ਤੋਂ ਭਾਅ ਜੀ ਜਿੱਥੇ ਹੈ ਨਾ ਲੁੱਕ ਗਿਆ ਯਕਦਮ ਇਹ ਤਾਂ ਬਹੁਤ ਗਾੜਾ ਸ਼ਾਇਦ ਆ ਇਸ ਵਾਸਤੇ ਤੁਹਾਨੂੰ ਕਹਿੰਦਾ ਵੀ ਜ਼ਰਾ ਧੁੱਪੇ ਰੱਖੋਗੇ ਨਾ ਹੋ ਜਾਏਗਾ ਹਾਂ ਕੰਡਾ ਲੈ ਜਾਓ ਸਲੀਮ ਰੋਟੀ ਲੈਣ ਗਿਆ ਸੀ ਉਹਨਾਂ ਦੀ
ਦੋ ਰੇੜੇ ਨੇ ਇੱਕ ਮਨ ਉੱਤੇ ਤੂੜੀ ਲਿਓ ਇੱਕ ਮਨ ਤੂੜੀ ਉੱਤੇ ਲਿਓ ਇਕਤਾਲੀ ਮਨ ਚਾਲੀ ਹੈ ਨਾ ਕਾਟ ਨਾ ਲਾਵਾਂਗੇ ਹਰ ਉਹਦੀ ਇੱਕ ਕਿਲੋ ਪੱਲੀ ਦੀ ਇੱਕ ਕਿਲੋ ਕਾਟ ਜੀ ਬਾਬਾ ਜੀ ਆਪਾਂ ਜੱਟ ਜਿਹੇ ਬੰਦੇ ਹਾਂ ਇਹ ਕੱਪੜਾ ਵੀ ਲੈ ਜਾ ਹੁਣ ਇਹ ਕੱਪੜਾ ਲੈ ਜਾ ਆਪਣੇ ਜਿਹੜੇ ਬੱਚੇ ਨੂੰ ਦੇਣਾ ਹੋਵੇ ਨਾ ਉਹਨੂੰ ਮੱਖੀ ਮੁੱਖੀ ਵਿੱਚ ਹੈ ਕੋਈ ਨਹੀਂ ਦੇ ਦੀ ਉਹਨੂੰ ਕਹੇ ਚੂਸ ਕੇ ਖਾ ਚੱਪ ਕੇ ਉਹ ਆਪ ਹੀ ਬੱਚਾ ਹੈ ਤੂੰ ਨਹੀਂ ਖਾਣਾ ਠੀਕ ਬਸ ਅੱਜ ਬਹੁਤ ਚਲੋ